ਯਤੀ ਨਰਸਿਮਾਨੰਦ ਅਤੇ ਰਾਮਾਗਿਰੀ ਨੂੰ ਫਾਂਸੀ ਦੇਣ ਦੀ ਮੰਗ ਹੈਗੀ ਹੈ ਅੱਜ ਮੁਸਲਮਾਨ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਹੈ। ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ। ਪੁਤਲਾ ਹੈ ਜਿਹੜਾ ਉਹ ਮੁਸਲਮਾਨ ਭਾਈਚਾਰੇ ਵੱਲੋਂ ਫੂਕਿਆ ਜਾ ਰਿਹਾ ਹੈ ਔਰ ਆਪਣੇ ਗੁੱਸੇ ਦਾ ਇਜ਼ਹਾਰ ਹੈਗਾ ਜਿਹੜਾ ਉਹ ਕੀਤਾ ਜਾ ਰਿਹਾ। ਇਸੇ ਬੰਦੇ ਕਿ ਤੋਂ ਗਰਦਨ ਸਿਰ 'ਤੇ ਕਲਮ ਕਰ ਦਿਓ। ਮੈਂ ਪੁੱਛਣਾ ਚਾਹੁੰਦਾ ਜਿਹੜੇ ਇਸ ਵਕਤ ਸੱਤਾ ਜਿਨ੍ਹਾਂ ਕੋਲ ਹੈਗੀ ਹੈ ਜਿਨ੍ਹਾਂ ਹੱਥ ਦੇ ਵਿੱਚ, ਕੀ ਅਸੀਂ ਦੇਸ਼ ਦੇ ਵਿੱਚ ਐਸਾ ਮਾਹੌਲ ਪੈਦਾ ਕਰਨ ਲਈ ਸੱਤਾ ਦੇ ਵਿੱਚ ਆਏ ਹਾਂ? ਸਿੱਖਾਂ ਵਾਸਤੇ, ਮੁਸਲਮਾਨਾਂ ਵਾਸਤੇ, ਮਿਨੋਰਟੀ ਵਾਸਤੇ UAPA ਇਹ ਲੋਕ ਅੱਤਵਾਦ ਨਹੀਂ ਫੈਲਾ ਰਹੇ। ਇਹ ਉਸ ਪੀਕ ਲੈਵਲ 'ਤੇ ਜਾ ਕੇ ਚੋਟ ਕਰ ਰਹੇ ਨੇ ਕਿ ਮੁਸਲਮਾਨ ਕਾਨੂੰਨ ਹੱਥ 'ਚ ਲੈਣ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਮੁਲਕ ਭਰ ਦੇ ਵਿੱਚ ਨਫ਼ਰਤੀ ਲੋਕਾਂ ਵੱਲੋਂ ਲਗਾਤਾਰ ਹੈਗਾ ਜਿਹੜਾ ਮੁਸਲਿਮ ਭਾਈਚਾਰੇ ਦੇ ਆਖਰੀ ਪੈਗੰਬਰ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ ਦੇ ਵਿੱਚ ਲਗਾਤਾਰ ਗੁਸਤਾਖੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਅਜਿਹੇ ਦੇ ਵਿੱਚ ਹਾਦਾ ਨਾਰਾ ਧਰਤੀ ਮਲੇਰਕੋਟਲਾ ਪੰਜਾਬ ਦੇ ਵਿੱਚੋਂ ਜਿਹੜੀ ਯਤੀ ਨਰਸਿਮਾਨੰਦ ਅਤੇ ਰਾਮਾਗਿਰੀ ਨੂੰ ਫਾਂਸੀ ਦੇਣ ਦੀ ਮੰਗ ਹੈਗੀ ਹੈ ਅੱਜ ਮੁਸਲਮਾਨ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਹੈ। ਮੁਸਲਮਾਨ ਭਾਈਚਾਰੇ ਦੀ ਵੱਡੀ ਤਾਦਾਦ ਜਿਹੜੀ ਅੱਜ ਮਲੇਰਕੋਟਲਾ ਸ਼ਹਿਰ ਦੇ ਸਰੰਦੀ ਗੇਟ ਤੋਂ DC ਦਫ਼ਤਰ ਤੱਕ ਜਿਹੜਾ ਇੱਕ ਰੋਸ ਮੁਜ਼ਾਹਰਾ ਹੈਗਾ ਉਹ ਕੀਤਾ ਜਾ ਰਿਹਾ। ਸਾਡੇ ਨਾਲ ਮੁਸਲਿਮ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਨੇ ਮੁਬੀਨ ਫਾਰੂਕੀ ਸਾਹਿਬ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਫਾਰੂਕੀ ਸਾਹਿਬ, ਵੱਡਾ ਇਕੱਠ ਹੈਗਾ ਅੱਜ ਮੁਸਲਮਾਨ ਭਾਈਚਾਰੇ ਦਾ, ਕੀ ਭਾਵਨਾਵਾਂ ਨੇ? ਦੇਖੋ, ਇਹ ਜਾਣ ਬੁੱਝ ਕੇ ਇਹ ਐਸੇ ਲੋਕਾਂ ਨੂੰ ਪਨਾਹ ਦਿੱਤੀ ਜਾਂਦੀ ਹੈ ਕਿ ਉਹ ਐਸੀਆਂ ਐਸੀਆਂ ਐਸੇ ਬਿਆਨ ਦੇਣ ਵੀ ਜਿਹਦੇ ਨਾਲ ਦੇਸ਼ ਦਾ ਮਾਹੌਲ ਖਰਾਬ ਹੋਵੇ, ਭਾਈਚਾਰਾ ਟੁੱਟੇ। ਔਰ ਮੈਂ ਪੁੱਛਣਾ ਚਾਹੁੰਦਾ ਜਿਹੜੇ ਇਸ ਵਕਤ ਸੱਤਾ ਜਿਨ੍ਹਾਂ ਕੋਲ ਹੈਗੀ ਹੈ ਜਿਨ੍ਹਾਂ ਹੱਥ ਦੇ ਵਿੱਚ, ਕੀ ਅਸੀਂ ਦੇਸ਼ ਦੇ ਵਿੱਚ ਐਸਾ ਮਾਹੌਲ ਪੈਦਾ ਕਰਨ ਲਈ ਸੱਤਾ ਦੇ ਵਿੱਚ ਆਏ ਹਾਂ? ਅਸੀਂ ਕਿਉਂ ਨਹੀਂ ਐਸੇ ਲੋਕਾਂ ਨੂੰ ਚੱਕ ਕੇ UAPA ਕੀ ਗੱਲ ਮਾਈਨੋਰਿਟੀ ਵਾਸਤੇ ਹੀ ਹੈ, ਸਿੱਖਾਂ ਵਾਸਤੇ, ਮੁਸਲਮਾਨਾਂ ਵਾਸਤੇ, ਮਿਨੋਰਟੀ ਵਾਸਤੇ UAPA? ਇਹ ਲੋਕ ਅੱਤਵਾਦ ਨਹੀਂ ਫੈਲਾ ਰਹੇ। ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਜਿਨ੍ਹਾਂ ਦੀ ਸ਼ਾਨ ਦੇ ਖਿਲਾਫ ਅਗਰ ਕੋਈ ਅਲਫਾਜ਼ ਬੋਲਿਆ ਜਾਊਗਾ ਔਰ ਕੋਈ ਮੁਸਲਮਾਨ ਆਪਣੀ ਜਾਨ ਤੋਂ ਵੀ ਜ਼ਿਆਦਾ ਉਹਨਾਂ ਦੀ ਅਜ਼ਮਤ ਨੂੰ ਮੁਹੱਬਤ ਕਰਦਾ, ਆਪਣੀ ਜਾਨ ਤੱਕ ਕੁਰਬਾਨ ਕਰ ਸਕਦਾ, ਇਹ ਉਸ ਪੀਕ ਲੈਵਲ 'ਤੇ ਜਾ ਕੇ ਚੋਟ ਕਰ ਰਹੇ ਨੇ ਕਿ ਮੁਸਲਮਾਨ ਕਾਨੂੰਨ ਹੱਥ 'ਚ ਲੈਣ। ਮਗਰ ਮੁਸਲਮਾਨ ਅੱਜ ਆਹ ਦੇਖ ਲਓ ਪੀਸਫੁੱਲ ਤਰੀਕੇ ਦੇ ਨਾਲ ਫਿਰ ਵੀ ਆਵਾਜ਼ ਚੱਕ ਰਹੇ ਨੇ। ਇਸ ਤੋਂ ਜ਼ਿਆਦਾ ਮੈਂ ਕਹੂੰਗਾ ਕਿ ਤੁਸੀਂ ਕੀ ਕਿਸੇ ਨੂੰ ਪੀਸਫੁੱਲ ਮਜ਼ਹਬ ਹੋਊਗਾ? ਸਾਡੇ ਇਸਲਾਮ ਦੇ ਵਿੱਚ ਇਹ ਹੈ ਕਿ ਤੁਸੀਂ ਕਿਸੇ ਦੇ ਦੂਸਰੇ ਦੇ ਮਾਬੂਦ ਨੂੰ ਬੁਰਾ ਨਾ ਕਹੋ, ਇਹ ਇਸਲਾਮ ਸਿਖਾਉਂਦਾ ਸਾਨੂੰ। ਮਗਰ ਕੀ ਇਹ ਬੰਦੇ ਜੋ ਬਕਵਾਸ ਕਰ ਰਹੇ ਨੇ, ਜੋ ਇਹ ਜ਼ਹਿਰ ਉਗਲ ਰਹੇ ਨੇ ਡੇ ਬਾਏ ਡੇ, ਕਦੇ ਕਿਸੇ ਮੁਸਲਮਾਨ ਜਾਂ ਕਿਸੇ ਸਿੱਖ ਵੀਰ ਨੂੰ ਇਹ ਕਹਿੰਦੇ ਸੁਣਿਆ ਕਿਸੇ ਦੇ ਧਾਰਮਿਕ ਉਹਦੇ ਵਾਸਤੇ, ਕਿਸੇ ਗੋਡ ਵਾਸਤੇ ਜਾਂ ਕਿਸੇ, ਠੀਕ ਹੈ, ਕਿਸੇ ਦੇ ਧਾਰਮਿਕ ਰੱਬ ਵਾਸਤੇ, ਕਦੇ ਕੋਈ ਹੋਰ ਮਜ਼ਹਬ ਦੇ ਕਿਸੇ ਸੁਣਿਆ ਤੁਸੀਂ ਕਿ ਐਸੀ ਬਕਵਾਸ ਕਰ ਰਿਹਾ ਹੋਵੇ ਕੋਈ ਬੰਦਾ? ਮਗਰ ਨਹੀਂ, ਮਗਰ ਇਹ ਸਪੈਸ਼ਲ ਇੱਕੋ ਹੀ ਆਹ ਬੰਦੇ ਜਿਹੜੇ ਆ ਨਰਸਿਮਾਨੰਦ ਔਰ ਜਿਵੇਂ ਆ ਰਾਮਗਿਰੀ, ਇਹ ਆਪਣੇ ਆਪ ਨੂੰ ਮਹਾਰਾਜ ਕਹਿੰਦੇ ਨੇ, ਜਿਹੜਾ ਇਹ ਭਗਵਾ ਇਹਨਾਂ ਨੇ ਬਸਤਰ ਪਾਏ ਹੋਏ ਨੇ, ਭਗਵਾ ਤਾਂ ਪੀਸ ਦਾ ਪ੍ਰਤੀਕ ਹੈ। ਇਹ ਤਾਂ ਮੈਂ ਕਹੂੰਗਾ ਸਭ ਤੋਂ ਪਹਿਲਾਂ ਹਿੰਦੂ ਭਾਈਚਾਰੇ ਨੂੰ ਇਹਨਾਂ ਦੇ ਖਿਲਾਫ਼ ਐਕਸ਼ਨ ਲੈਣਾ ਚਾਹੀਦਾ ਕਿ ਤੁਸੀਂ ਸਾਡੇ ਧਰਮ ਨੂੰ ਬਦਨਾਮ ਕਰ ਰਹੇ ਹੋ, ਐਸੀ ਅਸੀਂ ਬਕਵਾਸ ਕਰ ਰਹੇ ਨੇ। ਇਹਦੇ ਨਾਲ ਮੈਂ ਪੁੱਛਣਾ ਚਾਹੁੰਦਾ ਕਿ ਇਹ ਦੇਸ਼ ਨੂੰ ਬਣਾ ਰਹੇ ਨੇ, ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੇ ਨੇ? 30 ਕਰੋੜ ਮੁਸਲਮਾਨ ਹੈ, 2 ਕਰੋੜ ਸਿੱਖ ਭਾਈਚਾਰਾ, ਇਹ ਲਗਾਤਾਰ ਜਦੋਂ ਇਹ
ਬਕਵਾਸ ਕਰਦੇ ਨੇ, ਠੀਕ ਹੈ, ਕਦੇ ਕੋਈ ਕਿਸੇ ਦੀ ਕੋਈ ਬਿਆਨ ਆ ਜਾਂਦਾ, ਕਦੇ ਕਿਸੇ ਦਾ ਕੋਈ ਬਿਆਨ ਆ ਜਾਂਦਾ, ਤਾਂ ਮੈਂ ਪੁੱਛਣਾ ਚਾਹੁੰਦਾ ਕਿ ਦੇਸ਼ ਨੂੰ ਤੋੜ ਰਹੇ ਨੇ, ਜੋੜ ਰਹੇ, ਕੀ ਇਹਨਾਂ ਨੂੰ ਬਾਹਰ ਕੱਢ ਦੋਗੇ ਤੁਸੀਂ ਦੇਸ਼ 'ਚੋਂ? ਇਸ ਪ੍ਰੋਟੈਸਟ ਦੇ ਜ਼ਰੀਏ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਧਾਰਮਿਕ ਅਗਰ ਭਾਵਨਾਵਾਂ ਨੂੰ ਆਹਤ ਕੀਤਾ ਜਾਂਦਾ 3 ਸਾਲ ਦੀ ਸਜ਼ਾ, ਆ ਹੁਣ ਕਈ ਸਟੇਟਾਂ 'ਚ ਅਮੈਂਡਮੈਂਟ ਕਰਕੇ 10-10 ਸਾਲ ਦੀ ਸਜ਼ਾ ਕੀਤੀ ਸੀ, ਮਗਰ ਮੈਂ ਚਾਹੁੰਦਾ ਕਿ ਇਹਦੇ ਨਾਲ ਜੋ ਕੌਨਸੀਕੁਐਂਸਿਸ ਨੇ, ਜਿਹੜੇ ਦੰਗੇ ਭੜਕਦੇ ਨੇ, ਦੇਸ਼ ਦਾ ਮਾਹੌਲ ਖਰਾਬ ਹੁੰਦਾ, ਲੋਕਾਂ ਦੀ ਮੌਤ ਹੁੰਦੀ ਹੈ, ਤਾਂ ਕੀ ਇਹ ਲੋਕ ਜ਼ਿੰਮੇਦਾਰ ਨਹੀਂ ਹੈਗੇ? ਇਹਨਾਂ ਦੇ ਉੱਪਰ, ਇਹਨਾਂ ਦੇ ਵਿੱਚ ਲਾਅ ਦੇ ਵਿੱਚ ਅਮੈਂਡਮੈਂਟ ਕਰਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ। ਔਰ ਦੂਸਰੀ ਗੱਲ, ਜਦ ਤੱਕ ਨਹੀਂ ਇਹ ਕਾਨੂੰਨ ਬਣਦਾ, ਇਹਨਾਂ ਦੇ ਉੱਪਰ UAPA ਲਾ ਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸੁੱਟਣਾ ਚਾਹੀਦਾ, ਇਹਨਾਂ ਦੀ ਕੋਈ ਅਪੀਲ ਦਲੀਲ ਕੁਛ ਨਹੀਂ ਹੋਣੀ ਚਾਹੀਦੀ। ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ। ਸੋ ਇਹ ਸਨ ਮੁਸਲਿਮ ਫੈਡਰੇਸ਼ਨ ਦੇ ਪ੍ਰਧਾਨ ਮੁਬੀਨ ਫਾਰੂਕੀ ਸਾਹਿਬ, ਔਰ ਖਾਸ ਕਰਕੇ ਧਾਰਮਿਕ ਆਗੂ ਵੀ ਨੇ ਜਿਹੜੇ ਉਹ ਇਸ ਵੇਲੇ ਇਸ ਪ੍ਰੋਟੈਸਟ ਦਾ ਹਿੱਸਾ ਨੇ। ਸਾਡੇ ਨਾਲ ਮੁਫਤੀ ਆਜ਼ਮ ਪੰਜਾਬ ਨੇ ਇਰਤਕਾਰੁਲ ਹਸਨ ਕੰਧਾਲਵੀ ਸਾਹਿਬ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਾਂਗੇ। ਮੁਜ਼ ਸਾਹਿਬ, ਕੀ ਜਜ਼ਬਾਤ ਨੇ ਮੁਸਲਮਾਨ ਭਾਈਚਾਰਾ ਵੱਡੀ ਤਾਦਾਦ ਦੇ ਵਿੱਚ ਅੱਜ ਇਕੱਠਾ ਹੋਇਆ? ਯਕੀਨਨ ਇਸ ਵਕਤ ਪੂਰੇ ਹਿੰਦੁਸਤਾਨ ਕੇ ਮੁਸਲਮਾਨ ਸਖਤ ਬੇਚੈਨ ਹੈ, ਕਿਉਂਕਿ ਕਈ ਵਾਕਿਆਤ ਕਰੀਬ ਕਰੀਬ ਮੇਂ ਹੋ ਚੁਕੇ ਹੈਂ। ਮਹਾਰਾਸ਼ਟਰ ਕੇ ਅੰਦਰ ਵਾਕਿਆ ਹੁਆ ਜਿਸ ਮੇਂ ਅੱਲਾਹ ਕੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਕੀ ਸ਼ਾਨ ਮੇਂ ਤੋਹੀਨ ਕੀ ਗਈ, ਫਿਰ ਪਿਛਲੇ ਦਿਨੋਂ ਗਾਜ਼ੀਆਬਾਦ ਕੇ ਅੰਦਰ ਇਹ ਵਾਕਿਆ ਹੁਆ ਕਿ ਅੱਲਾਹ ਕੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਕੀ ਸ਼ਾਨ ਮੇਂ ਨਾਜ਼ੇਬਾ ਕਲਿਮਾਤ ਕੀਆ ਗਿਆ। ਅੱਲਾਹ ਕੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਪੂਰੀ ਦੁਨੀਆ ਕੀ ਇੱਕ ਆਈਡੀਅਲ ਸ਼ਖਸੀਅਤ ਹੈ, ਔਰ ਪੂਰੀ ਦੁਨੀਆ ਨੇ ਉਨਕੇ ਕਾਮ ਕੋ ਔਰ ਉਨਕੀ ਰਹਿਮਤ ਕੋ ਔਰ ਉਨਕੇ ਅਦਲ ਓ ਇਨਸਾਫ ਭਰੇ ਪੈਗਾਮ ਕੋ ਔਰ ਪਿਆਰੇ ਮੁਹੱਬਤ ਕੇ ਪੈਗਾਮ ਕੋ ਮਾਨਾ ਔਰ ਤਸਲੀਮ ਕੀਆ ਹੈ। ਦੁਨੀਆ ਕਾ ਕੋਈ ਵੀ ਖਿੱਤਾ ਔਰ ਐਸਾ ਇਲਾਕਾ ਨਹੀਂ ਹੈ ਜਹਾਂ ਅੱਲਾਹ ਕੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੇ ਪਰ ਮਰ ਮਿਟਨੇ ਵਾਲੇ, ਉਨ ਪਰ ਜਾਨ ਦੇਣੇ ਵਾਲੇ, ਉਨਸੇ ਮੁਹੱਬਤ ਕਰਨੇ ਵਾਲੇ ਮੌਜੂਦ ਨਾ ਹੋ। ਐਸੇ ਮੇਂ ਇੱਕ ਆਦਮੀ ਖੜੇ ਹੋਕਰ ਅਗਰ ਅਰਬੋਂ ਮੁਸਲਮਾਨੋਂ ਕੇ ਜਜ਼ਬਾਤ ਕੇ ਸਾਥ ਖਿਲਵਾੜ ਕਰਤਾ ਹੈ ਤੋ ਯਕੀਨਨ ਇਹ ਗੈਰ ਕਾਨੂੰਨੀ ਔਰ ਨਾਇਨਸਾਫੀ ਕੀ ਬਾਤ ਹੈ, ਔਰ ਹਕੂਮਤ ਕੋ ਇਸ ਪਰ ਸਖਤ ਐਕਸ਼ਨ ਔਰ ਨੋਟਿਸ ਲੈਣਾ ਚਾਹੀਏ ਕਿ ਕਿਸੀ ਵੀ ਇਨਸਾਨ ਕੋ ਇਹ ਬਾਤ ਇਸ ਬਾਤ ਕੀ ਇਜਾਜ਼ਤ ਨਾ ਦੀ ਜਾਏ ਕਿ ਵੋ ਲਾਖੋਂ ਔਰ ਕਰੋੜੋਂ ਔਰ ਅਰਬੋਂ ਲੋਕੋਂ ਕੇ ਜਜ਼ਬਾਤ ਕੇ ਸਾਥ ਖਿਲਵਾੜ ਕਰੇ। ਆਜ ਕਾ ਇਹ ਪ੍ਰੋਟੈਸਟ ਇਸੀ ਲੀਏ ਹੈ ਤਾਂਕਿ ਹਕੂਮਤ ਕੋ ਇਸ ਤਰ੍ਹਾਂ ਮੁਤਵਜ਼ਹ ਕੀਆ ਜਾਏ ਕਿ ਇਸਕੇ ਖਿਲਾਫ ਫੌਰੀ ਐਕਸ਼ਨ ਲਿਆ ਜਾਏ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਮੁਫਤੀ ਇਰਤਕਾਰੁਲ ਹਸਨ ਕੰਧਾਲਵੀ ਸਾਹਿਬ, ਜਿਨ੍ਹਾਂ ਨੇ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਕੀਤਾ, ਔਰ ਉਹਨਾਂ ਨੇ ਕਿਹਾ ਕਿ ਅਰਬਾਂ ਲੋਕਾਂ ਦੀ ਜਿਹੜੀ ਜਜ਼ਬਾਤਾਂ ਨਾਲ ਨਹੀਂ ਖੇਡਿਆ ਜਾਣਾ ਚਾਹੀਦਾ। ਸਾਡੇ ਨਾਲ ਮੁਫਤੀ ਦਿਲਸ਼ਾਹ ਸਾਹਿਬ ਵੀ ਨੇ। ਦਿਲਸ਼ਾਹ ਸਾਹਿਬ, ਬਹੁਤ ਵੱਡੀ ਤਾਦਾਦ ਦੇ ਵਿੱਚ ਸ਼ਹਿਰ ਇਕੱਠਾ ਹੋਇਆ, ਕੀ ਜਜ਼ਬਾਤ ਨੇ ਅੱਜ? ਬਸ ਜਜ਼ਬਾਤ ਇਸ ਵਕਤ ਇਹ ਨੇ ਕਿ ਇਸ ਵਕਤ ਅੰਦਰੋਂ ਅਸੀਂ ਜ਼ਖਮੀ ਹੋਏ ਪਏ ਹਾਂ, ਕਿਉਂਕਿ ਇੱਕ ਐਸੀ ਸ਼ਖਸੀਅਤ ਨੂੰ ਜੋ ਪੂਰੀ ਦੁਨੀਆ ਦੇ ਅੰਦਰ ਜਿਸਦੇ ਮੰਨਣ ਵਾਲੇ ਨੇ, ਪੂਰੀ ਦੁਨੀਆ ਦੇ ਵਿੱਚ ਜੋ ਹੈ ਉਹ ਪੂਰੀ ਦੁਨੀਆ ਦੇ ਲੋਕਾਂ ਨੂੰ ਰਿਪ੍ਰੈਜੈਂਟ ਕਰਦੇ ਨੇ, ਉਹਨਾਂ ਦੀ ਸ਼ਖਸੀਅਤ ਦੇ ਅੰਦਰ, ਉਹਨਾਂ ਦੀ ਸ਼ਾਨ ਦੇ ਅੰਦਰ ਐਸੀ ਗੁਸਤਾਖੀ ਕੀਤੀ ਗਈ ਹੈ ਕਿ ਜੋ ਨਾਕਾਬਿਲੇ ਬਿਆਨ ਹੈ, ਤੁਸੀਂ ਇਸ ਨੂੰ ਬਿਆਨ ਨਹੀਂ ਕਰ ਸਕਦੇ। ਲੇਕਿਨ ਇਹ ਅਖਲਾਕੀ ਤੌਰ 'ਤੇ, ਕਾਨੂੰਨੀ ਤੌਰ 'ਤੇ ਵੀ ਜੋ ਹੈ ਇਹ ਬਹੁਤ ਮਾੜੀ ਮੰਦਭਾਂਦੀ ਘਟਨਾ ਹੈ, ਜਿਸ ਦੇ ਲਈ ਅਸੀਂ ਦੇਖੀਏ ਕਿ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸਿਰਫ ਹਿੰਦੁਸਤਾਨਾਂ ਦੇ ਮੁਸਲਮਾਨਾਂ ਦੇ ਨਬੀ ਨਹੀਂ ਥੇ, ਬਲਕਿ ਐਸੇ ਮੁਲਕ ਦੁਨੀਆ ਦੇ ਅੰਦਰ 57 ਜਾਂ 56 ਮੁਲਕ ਐਸੇ ਨੇ ਜਿਨ੍ਹਾਂ ਦੇ ਅੰਦਰ ਜੋ ਹੈ ਅੱਲਾਹ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਮੰਨਣ ਵਾਲੇ ਮੁਸਲਮਾਨ ਰਹਿੰਦੇ ਨੇ, ਔਰ ਉਹਨਾਂ ਦੇ ਜਜ਼ਬਾਤ ਵੀ ਠੇਸ ਪਹੁੰਚੂਗੀ, ਜਿਸ ਦੇ ਨਾਲ ਹਿੰਦੁਸਤਾਨ ਨੂੰ ਕਿਤੇ ਨਾ ਕਿਤੇ ਇਸ ਦਾ ਨੁਕਸਾਨ ਜੋ ਹੈ ਮਾਸ਼ੀ ਤੌਰ 'ਤੇ ਵੀ ਉਠਾਉਣਾ ਪਊਗਾ, ਔਰ ਹਿੰਦੁਸਤਾਨ ਦੇ ਜੋ ਦੋਸਤ ਮੁਲਕ ਨੇ ਉਹਨਾਂ ਦੇ ਨਾਲ ਵੀ ਤਾਲੁਕਾਤ ਇਸ ਦੇ ਖਰਾਬ ਹੋਣਗੇ। ਇਸ ਕਰਕੇ ਅਸੀਂ ਐਸੇ ਲੋਕਾਂ ਨੂੰ ਅਗਰ ਦੇਖਿਆ ਜਾਵੇ ਸਿਰਫ ਮੁਸਲਮਾਨਾਂ ਨੂੰ ਨਹੀਂ ਜੋ ਨੁਕਸਾਨ ਨਹੀਂ ਪਹੁੰਚਾ ਰਹੇ, ਬਲਕਿ ਸਾਡੇ ਮੁਲਕ ਨੂੰ ਵੀ ਇਹ ਨੁਕਸਾਨ ਪਹੁੰਚਾ ਰਹੇ ਨੇ, ਜਿਸ ਦੇ ਨਾਲ ਜੋ ਹੈ ਹਿੰਦੁਸਤਾਨ ਦੀ ਜੋ ਛਬੀ ਬਣੀ ਹੋਈ ਹੈ ਔਰ ਜੋ ਇਸ
ਮੁਲਕ ਦਾ ਨਾਮ ਬਣਿਆ ਹੋਇਆ ਉਹ ਨਾਮ ਵੀ ਖਰਾਬ ਹੁੰਦਾ ਕਿ ਉੱਥੇ ਕਿਤੇ ਨਾ ਕਿਤੇ ਆਪਸ ਦੇ ਅੰਦਰ ਜੋ ਹੈ ਇਸ ਤਰ੍ਹਾਂ ਦੇ ਲੋਕਾਂ ਨੂੰ ਉੱਥੇ ਦਾ ਪ੍ਰਸ਼ਾਸਨ ਉੱਥੇ ਦੀਆਂ ਹਕੂਮਤਾਂ ਨਕੇਲ ਪਾਉਣ ਦੇ ਉੱਪਰ ਨਾਕਾਮ ਨੇ। ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ। ਸੋ ਸਾਡੇ ਨਾਲ ਮੁਫਤੀ ਮਲਿਕ ਸਾਹਿਬ ਵੀ ਨੇ। ਮਲਿਕ ਸਾਹਿਬ ਤੁਸੀਂ ਅੱਜ ਇੱਕ ਫਾਰਮੂਲਾ ਦਿੱਤਾ ਵੀ ਜੇਕਰ ਇਸ ਤਰ੍ਹਾਂ ਦੀ ਗੁਸਤਾਖੀ ਹੁੰਦੀ ਹੈ ਤਾਂ ਉਹਨੂੰ ਸ਼ੇਅਰ ਨਾ ਕੀਤਾ ਜਾਵੇ। ਜੀ ਕਿਉਂਕਿ ਇਸ ਤਰ੍ਹਾਂ ਕਿ ਅਗਰ ਹਮ ਬਾਤ ਸ਼ੇਅਰ ਕਰੇਂਗੇ ਤੋ ਇਨ ਲੋਕੋ ਕੇ ਅੰਦਰ ਔਰ ਬੜਾਵਾ ਆਏਗਾ ਔਰ ਯੇ ਔਰ ਗੁਸਤਾਖੀਓ ਪੇ ਉਤਰਤੇ ਹੈ। ਹਮ ਚਾਹਤੇ ਹੈ ਕਿ ਇਨਕੋ ਫੈਲਾਇਆ ਨਾ ਜਾਏ, ਇਨਕੋ ਦਬਾਇਆ ਜਾਏ, ਇਨਕੋ ਖਤਮ ਕੀਆ ਜਾਏ। ਐਸੇ ਬੰਦੇ ਕੋ ਤੋ ਐਸੇ ਬੰਦੇ ਕੀ ਤੋ ਗਰਦਨ ਸਰ ਸੇ ਕਲਮ ਕਰ ਦੋ, ਇਸਕੋ ਫੈਲਾਓ ਨਹੀਂ। ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ। ਸੋ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਮੁਫਤੀ ਇਰਤਕਾਲ ਹਸਨ ਕੰਦਾਲਵੀ ਸਾਹਿਬ ਔਰ ਮੁਸਲਿਮ ਫੈਡਰੇਸ਼ਨ ਦੇ ਪ੍ਰਧਾਨ ਮੁਬੀਨ ਫਾਰੂਕੀ ਦੀ ਜਿਹੜੀ ਅਗਵਾਈ ਦੇ ਵਿੱਚ ਇਹ ਜਿਹੜਾ ਪ੍ਰੋਟੈਸਟ ਹੈਗਾ ਸਰੰਦੀ ਗੇਟ ਤੋਂ ਲੈ ਕੇ ਕਾਲਜ ਰੋਡ DC ਦਫ਼ਤਰ ਦੇ ਸਾਹਮਣੇ ਬਾਹਰ ਜਾ ਕੇ ਜਿਹੜਾ ਉਹ ਸਮਾਪਤ ਹੋਣਾ। ਤਸਵੀਰਾਂ ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਵੱਡੀ ਗਿਣਤੀ 'ਚ ਲੋਕ ਨੇ ਜਿਹੜੇ ਉਹ ਇਕੱਠੇ ਹੋਏ ਨੇ। ਤਸਵੀਰਾਂ ਹੈਗੀਆਂ ਨੇ ਜਿਹੜੀਆਂ ਇਸ ਵੇਲੇ ਅਸੀਂ ਦਿਖਾ ਰਹੇ ਹਾਂ। ਇੱਥੇ ਗੁੱਸੇ ਦਾ ਇਜ਼ਹਾਰ ਹੈ, ਗੁੱਸੇ ਦਾ ਇਜ਼ਹਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ। ਦੇਖੋ ਤੁਸੀਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਵੱਡੀ ਗਿਣਤੀ 'ਚ ਮੁਸਲਮਾਨ ਇੰਚਾਰਜ ਦੇ ਲੋਕ ਹੈਗੇ ਨੇ ਜਿਹੜੇ ਤਸਵੀਰਾਂ ਇਸ ਵੇਲੇ ਅਸੀਂ ਦਿਖਾ ਰਹੇ ਹਾਂ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਪੰਜਾਬੀ ਦੇ ਉੱਤੇ ਨਰਸਿਮਾਨੰਦ ਅਤੇ ਰਾਮਾਗਿਰੀ ਦੇ ਜਿਹੜੇ ਪੁਤਲੇ ਹੈਗੇ ਨੇ ਉਹਨਾਂ ਨੂੰ ਫੂਕ ਕੇ ਮੁਸਲਮਾਨ ਭਾਈਚਾਰਾ ਜਿਹੜਾ ਰੋਸ ਮੁਜ਼ਾਰਾ ਹੈ ਉਹ ਇੱਥੇ ਕਰ ਰਿਹਾ। ਪ੍ਰਸ਼ਾਸਨ ਵੱਲੋਂ ਇਹ ਭਰੋਸਾ ਦਿੱਤਾ ਗਿਆ, ਦੇਖੋ ਇੱਕ ਛੋਟਾ ਜਿਹਾ ਜ਼ਿਲ੍ਹਾ ਮਲੇਰਕੋਟਲਾ, ਇੱਥੇ ਪ੍ਰਸ਼ਾਸਨ ਨੂੰ ਅਸੀਂ ਮੰਗ ਪੱਤਰ ਦਿੱਤਾ DC ਸਾਹਿਬ ਦੇ ਨਾਮ। ਮੈਂ ਪਹਿਲੀ ਤਾਂ ਇਹੀ ਰਿਕੁਐਸਟ ਕੀਤੀ ਹੈ ਵੀ ਇਹ ਘੱਟੋ ਘੱਟ ਰੱਦੀ ਦੀ ਟੋਕਰੀ ਦੇ ਵਿੱਚ ਨਹੀਂ ਜਾਣਾ ਚਾਹੀਦਾ ਜਿਵੇਂ ਅਮੂਮਨ ਜਾਂਦੇ ਨੇ ਮੰਗ ਪੱਤਰ ਸਾਰੇ। ਔਰ ਉਹਦੇ ਵਿੱਚ ਜਿਹੜਾ ਮੰਗ ਪੱਤਰ ਆ ਉਹਦੇ ਵਿੱਚ ਅਸੀਂ ਇਹ ਮੰਗ ਕੀਤੀ ਸੀ ਕਿ ਜਿਹੜਾ UAP ਹੈ ਕਿ ਇਹ ਮਨੋਰਿਟੀਜ਼ ਵਾਸਤੇ ਹੀ ਹੈ, ਕਿ ਜਿਹੜੇ ਇਹ ਲੋਕ ਅੱਤਵਾਦ ਫੈਲਾ ਰਹੇ ਨੇ, ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੇ ਹਾਂ, ਅਨਲੋਫੁਲ ਐਕਟੀਵਿਟੀ ਨਹੀਂ ਹੈ ਕਿ ਇਹ ਪ੍ਰੀਵੈਂਸ਼ਨ ਐਕਟ ਬਣਾਇਆ ਤੁਸੀਂ ਉਹ, ਤਾਂ ਕੀ ਇਹਨੂੰ ਪ੍ਰੀਵੈਂਟ ਕਰਨ ਵਾਸਤੇ ਤੁਸੀਂ ਇਹਨੂੰ ਚੱਕ ਕੇ ਸਲਾਖਾਂ ਪਿੱਛੇ ਨਹੀਂ ਸੁੱਟ ਸਕਦੇ। ਇੱਕ ਨਿਊਜ਼ ਦੀ ਮੈਂ ਦੇਖਿਆ ਲਿੰਕ, ਉਹਦੇ 'ਤੇ ਉਹ ਕਹਿ ਰਹੇ ਸੀਗੇ ਕਿ ਨਰਸਿਮਾਨੰਦ ਨੂੰ ਗ੍ਰਿਫਤਾਰ, ਮਾਫ਼ ਕੀਜੀਏਗਾ, ਹਿਰਾਸਤ ਮੇ ਲੈ ਲਿਆ ਗਿਆ। ਮੈਂ ਪੁੱਛਣਾ ਚਾਹੁੰਦਾ ਉਹਨੂੰ ਗ੍ਰਿਫਤਾਰ ਔਰ ਹਿਰਾਸਤ ਦੇ ਵਿੱਚ, ਇਹਦਾ ਮਤਲਬ ਹਿਰਾਸਤ 'ਚ ਨਹੀਂ ਹਿਫਾਜ਼ਤ ਦੇ ਵਿੱਚ ਲੈ ਲਿਆ ਗਿਆ ਉਹਨੂੰ, ਉਹ ਪੁਲਿਸ ਦੀ ਪ੍ਰੋਟੈਕਸ਼ਨ ਦੇ ਵਿੱਚ ਲੈ ਲਿਆ ਗਿਆ ਤਾਂ ਕਿ ਉਹਨੂੰ ਕੋਈ ਉਹਦਾ ਨੁਕਸਾਨ ਨਾ ਕਰ ਸਕੇ। ਔਰ ਉਸ ਤੋਂ ਬਾਅਦ ਥੋੜ੍ਹੇ ਦਿਨਾਂ ਬਾਅਦ ਉਹਨੂੰ ਬੇਲ ਦੇ ਕੇ ਫਿਰ ਉਹਨੂੰ ਛੱਡ ਦਿੱਤਾ ਜਾਊਗਾ ਕਿ ਤੂੰ ਜਾ ਕੇ ਫਿਰ ਮਾਹੌਲ ਖਰਾਬ ਕਰ ਫਿਰ ਲੋਕਾਂ ਦੇ, ਕਿਉਂਕਿ ਇਹਨਾਂ ਲੋਕਾਂ ਨੂੰ ਪਤਾ ਕਿ ਮੁਸਲਮਾਨ ਕੁਛ ਵੀ ਬਰਦਾਸ਼ਤ ਕਰ ਸਕਦਾ, ਆਪਣੇ ਨਬੀ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ ਦੇ ਖਿਲਾਫ਼ ਗੁਸਤਾਖੀ ਨਹੀਂ ਬਰਦਾਸ਼ਤ ਕਰ ਸਕਦਾ, ਇਹ ਉਹ ਬੰਦਾ ਮੁਸਲਮਾਨ ਹੀ ਨਹੀਂ ਹੈ, ਉਹਦਾ ਧਾਰਮਿਕ ਅਕੀਦਾ ਹੀ ਕਮਜ਼ੋਰ ਹੈ ਜਿਹੜਾ ਬੰਦਾ ਇਹ ਗੁਸਤਾਖੀ ਨੂੰ ਬਰਦਾਸ਼ਤ ਕਰੇ। ਤਾਂ ਇਹ ਉੱਥੇ ਚੋਟ ਕਰ ਰਹੇ ਨੇ ਜਿੱਥੇ ਏਡੀਆਂ ਏਡੀਆਂ ਮਿਡਲ ਈਸਟ ਦੇ ਵਿੱਚ ਜੰਗਾਂ ਲੱਗ ਰਹੀਆਂ ਨੇ, ਜਿਹੜੇ ਉਹ ਮੁਲਕ ਨੇ ਉਹਨਾਂ ਨੇ ਵੀ ਅੱਜ ਤੱਕ ਏਡੀ ਬੜੀ ਗੁਸਤਾਖੀ ਨਹੀਂ ਕੀਤੀ ਹੈ, ਉਹ ਵੀ ਇਸ ਲੈਵਲ ਤੱਕ ਨਹੀਂ ਜਾਂਦੇ ਹੈਗੇ ਕਿ ਹਾਂ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਅਗਰ ਅਸੀਂ ਕੋਈ ਉਹਨਾਂ ਦੀ ਸ਼ਾਨ ਦੇ ਖਿਲਾਫ਼ ਕੁਛ ਕਿਹਾ ਤਾਂ ਸਾਰੇ ਅਰਬ ਕੰਟਰੀ, ਕਿਉਂਕਿ ਉੱਥੇ ਤਾਂ ਸਾਰਾ ਕੁਛ ਹੀ ਖਤਮ ਹੋ ਜਾਣਾ,
ਕਿ ਸਾਰੇ ਮੁਸਲਮਾਨ ਦੁਨੀਆ ਦੇ ਅਰਬਾਂ ਮੁਸਲਮਾਨ ਇਕੱਠੇ ਹੋ ਜਾਣਗੇ ਵੀ ਉਸ ਲੈਵਲ 'ਤੇ। ਮਗਰ ਇੱਥੇ ਇੰਡੀਆ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਆਬਾਦੀ ਹੈ, ਭਾਰਤ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਮੁਸਲਮਾਨਾਂ ਦੀ ਸਭ ਤੋਂ ਜ਼ਿਆਦਾ ਆਬਾਦੀ ਭਾਰਤ ਦੇ ਵਿੱਚ ਹੈ। ਇੱਥੇ ਸਾਨੂੰ ਪ੍ਰੋਟੈਕਸ਼ਨ ਵਾਸਤੇ ਇੱਥੇ ਸੰਵਿਧਾਨ ਲਿਖਿਆ ਗਿਆ ਕਿ ਸੈਕੂਲਰ ਸੰਵਿਧਾਨ ਹੈ। ਤਾਂ ਕੀ ਇਹ ਸੈਕੂਲਰ ਸੰਵਿਧਾਨ ਹੈ? ਕੀ ਸਾਡੇ ਲਈ ਕਾਨੂੰਨ ਹੋਰ ਨੇ, ਉਹਨਾਂ ਲਈ ਹੋਰ ਨੇ ਜਿਹੜੇ ਬਕਵਾਸ ਕਰ ਰਹੇ ਨੇ, ਬੋਲ ਰਹੇ ਨੇ ਕਿ ਜਿਹੜੀ UAP ਹੈ ਉਹ ਸਿਰਫ ਮਾਈਨੋਰਿਟੀਜ਼ ਵਾਸਤੇ ਹੈ, ਕਿ ਇਹਨਾਂ ਲੋਕਾਂ ਵਾਸਤੇ ਜਿਹੜੇ ਅੱਤਵਾਦ ਫੈਲਾ ਰਹੇ ਨੇ, ਇਹਨਾਂ ਤੋਂ ਬਾਅਦ ਹੁਣ ਇਹ ਦੰਗੇ ਕਰਾ ਦੇਵੇ, ਮੰਨ ਲਓ ਇੱਕ ਮਿੰਟ, ਅੱਲਾ ਨਾ ਕਰੇ, ਕਿਤੇ ਰੱਬ ਨਾ ਕਰੇ ਕੋਈ ਐਸੀ ਇਹਦੀ ਜੋ ਇਹਨੇ ਭੜਕਾਊ ਐਸੀ ਬਕਵਾਸ ਕੀਤੀ ਹੈ ਉਹਦੇ ਨਾਲ ਕਿਤੇ ਕੋਈ ਹਾਦਸਾ ਹੁੰਦਾ, ਕੋਈ ਫਸਾਦ ਹੁੰਦਾ, ਉਹ ਜਿਹੜੇ ਲੋਕ ਵਿਚਾਰੇ ਮਰਦੇ ਨੇ, ਤਾਂ ਕੀ ਉਹਦੀ ਜ਼ਿੰਮੇਦਾਰੀ ਐਸੇ ਕੁੱਤੇ ਬੰਦਿਆਂ 'ਤੇ ਨਹੀਂ ਹੈਗਾ? ਇਹ ਬਚ ਜਾਂਦੇ ਨੇ ਇਹਨਾਂ 'ਤੇ ਜਿਹੜੀ ਪ੍ਰੋਵੀਜ਼ਨ ਹੁਣ ਤੱਕ ਚੱਲਦੀ ਆ ਰਹੀ ਹੈ 295 ਸੀਗੀ, ਹੁਣ ਤਾਂ ਚਲੋ ਭਾਰਤੀ ਨਿਆਂ ਸੰਹਿਤਾ ਲੱਗ ਗਈ, ਔਰ ਉਹ ਤੋਂ ਪਹਿਲਾਂ ਉਹਦੀ 3 ਸਾਲ ਦੀ ਸਜ਼ਾ ਸੀਗੀ। ਜਦਕਿ ਅਗਰ ਛੋਟੇ ਤੋਂ ਛੋਟਾ ਕੋਈ ਕ੍ਰਾਈਮ ਹੈ ਇੱਥੇ, ਤਾਂ ਉਹਦੇ ਵਿੱਚ ਵੀ 120 ਵਿੱਚ ਕ੍ਰਿਮੀਨਲ ਕੌਨਸਪੀਰੇਸੀ 'ਚ ਬੰਦੇ ਨੂੰ ਵਿੱਚ ਪਾ ਦਿੰਦੇ ਨੇ। ਤਾਂ ਕੀ ਅੱਜ ਤੱਕ ਕਿਸੇ ਜੋ ਦੰਗਾ ਭੜਕਾਇਆ ਜਿਸ ਬੰਦੇ ਨੇ ਬਕਵਾਸ ਕੀਤੀ ਹੈ, ਤਾਂ ਕੀ ਉਹ ਬੰਦੇ ਨੂੰ ਅੱਜ ਤੱਕ ਕ੍ਰਿਮੀਨਲ ਕੌਨਸਪੀਰੇਸੀ ਦੇ ਤਹਿਤ ਉਹਦੇ ਨਾਲ ਜੋੜਿਆ ਗਿਆ? ਅੱਜ ਤੱਕ ਨਹੀਂ ਜੋੜਿਆ ਗਿਆ ਉਹਨੂੰ, ਸਿਰਫ 3 ਸਾਲ ਦੇ ਵਿੱਚ ਠੀਕ ਹੈ ਮੌਕੇ ਦੀ ਉਹਦੀਆਂ ਉਹ ਕਰਕੇ ਜਿਹਦੀ ਉਹਦੀ ਜ਼ਮਾਨਤ ਕਰਾ ਕੇ ਉੱਥੇ, ਔਰ ਉਹਨੂੰ ਖੁੱਲ੍ਹੇਆਮ ਛੱਡਿਆ ਜਾਂਦਾ ਕਿ ਤੁਸੀਂ ਜਾ ਕੇ ਫਿਰ ਬਕਵਾਸ ਕਰੋ। ਇਹ ਸਾਰਾ ਸਪੋਂਸਰਡ ਹੈ, ਔਰ ਇਹ ਜਾਣ ਬੁੱਝ ਕੇ ਮਿਨੋਰਟੀਜ਼ ਨੂੰ ਤੰਗ ਕਰਨ ਲਈ, ਮਿਨੋਰਟੀਜ਼ ਨੂੰ ਪਰੇਸ਼ਾਨ ਕਰਨ ਵਾਸਤੇ ਇਹ ਸਾਰਾ ਕੁਛ ਕੀਤਾ ਜਾ ਰਿਹਾ। ਤਾਂ ਮੈਂ ਗੁਜ਼ਾਰਿਸ਼ ਕਰਦਾ ਮੋਦੀ ਜੀ ਨੂੰ ਵੀ, ਤੁਸੀਂ USA ਦੇ ਵਿੱਚ ਜਾ ਕੇ ਪੀਸ ਕਾਨਫਰੰਸ ਦੇ ਵਿੱਚ ਕਹਿੰਦੇ ਹੋ ਕਿ ਸਾਡੇ ਮੁਲਕ ਦੇ ਵਿੱਚ ਬਹੁਤ ਅਮਨ ਸ਼ਾਂਤੀ ਹੈ, ਬਹੁਤ ਤਰੱਕੀ ਵੱਲ ਨੂੰ ਵੱਧ ਰਿਹਾ, ਤਾਂ ਕੀ ਇਹ ਲੋਕ ਤਰੱਕੀ ਵੱਲ ਨੂੰ ਲੈ ਕੇ ਜਾਣਗੇ? ਜਿੱਥੇ ਜਗ੍ਹਾ ਜਗ੍ਹਾ ਦੇ ਉੱਪਰ ਨਫ਼ਰਤਾਂ ਫੈਲਾਈਆਂ ਜਾ ਰਹੀਆਂ ਹੋਣ, ਕੀ ਉਹ ਲੋਕ ਤਰੱਕੀ ਬਾਰੇ ਸੋਚਣਗੇ? ਤਾਂ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਇਹਨੂੰ ਰੋਕ ਲਓ, ਹਲੇ ਵੀ ਵਕਤ ਹੈ। ਕੀ ਤੁਹਾਨੂੰ ਕਦੇ ਕੋਈ ਸਿੱਖ ਭਾਈਚਾਰੇ ਦਾ ਬੰਦਾ, ਕੋਈ ਮੁਸਲਿਮ ਭਾਈਚਾਰੇ ਦਾ ਬੰਦਾ, ਕਿਸੇ ਹੋਰ ਧਰਮ ਦੇ ਜਾਂ ਇਹਨਾਂ ਜੋ ਬੋਲ ਰਹੇ ਨੇ ਇਹਨਾਂ ਦੇ ਧਰਮ ਬਾਰੇ ਕਦੇ ਕੋਈ ਬਕਵਾਸ ਕਰਦਾ ਸੁਣਿਆ ਬੰਦਾ, ਕੋਈ ਮੁਸਲਿਮ ਭਾਈਚਾਰੇ ਦਾ, ਸਿੱਖ ਭਾਈ, ਕਿ ਇਹਨਾਂ ਦੇ ਕਿਸੇ ਧਾਰਮਿਕ ਅਕੀਦੇ ਨੂੰ ਕੋਈ ਬੋਲਦਾ ਹੋਵੇ, ਗਾਲਾਂ ਕੱਢਦਾ ਹੋਵੇ, ਜਾਂ ਕਦੇ ਉਹ ਠੀਕ ਹੈ, ਅਗਰ ਕੋਈ ਬੋਲੂਗਾ ਵੀ ਜਾਂ ਬਕਵਾਸ ਕਰੂਗਾ ਵੀ, ਤਾਂ ਸਭ ਤੋਂ ਪਹਿਲਾਂ ਅਸੀਂ ਉਹਦੇ ਉੱਪਰ ਪਰਚਾ ਦਰਜ ਕਰਾਵਾਂਗੇ। ਅਸੀਂ ਕਹਾਂਗੇ ਕਿ ਇਹਨੂੰ ਚੱਕ ਕੇ ਸਲਾਖਾਂ ਦੇ ਵਿੱਚ ਛੱਡੋ, ਇਹ ਕਦੇ ਜ਼ਿੰਦਗੀ ਦੇ ਵਿੱਚ ਬਾਹਰ ਨਹੀਂ ਨਿਕਲਣਾ ਚਾਹੀਦਾ, ਅਸੀਂ ਕਹਾਂਗੇ। ਮਗਰ ਤੁਸੀਂ ਵੀ ਕਹੋ, ਮੈਂ ਆਪਣੇ ਹਿੰਦੂ ਭਾਈਚਾਰੇ ਨੂੰ ਵੀ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਉੱਥੇ ਭਗਵੇ ਕੱਪੜੇ ਪਾ ਕੇ ਉੱਥੇ ਖੜ ਕੇ ਅਸੀਂ ਬਕਵਾਸ ਕਰ ਰਹੇ ਨੇ, ਪਹਿਲਾਂ ਤੁਸੀਂ ਇਹਨਾਂ ਦੇ ਉੱਪਰ ਐਕਸ਼ਨ ਲਓ ਕਿ ਤੁਸੀਂ ਜਿਹੜਾ ਅਹਿੰਸਾ ਦਾ ਇੱਕ ਪ੍ਰਤੀਕ ਹੈ ਭਗਵਾ, ਉਹਨੂੰ ਤੁਸੀਂ ਐਸੇ ਲੋਕਾਂ ਦੇ ਇਹਨਾਂ ਨੂੰ ਪਹਿਨਣ ਦਾ ਅਧਿਕਾਰ ਕਿਉਂ ਦਿੰਦੇ ਹੋ? ਜਿਹੜੇ ਲੋਕ ਨਫ਼ਰਤ ਫੈਲਾਉਂਦੇ ਨੇ, ਜਿਹੜੇ ਤੋੜਨ ਦੀ ਗੱਲ ਕਰਦੇ ਨੇ, ਜਿਹੜੇ ਦੇਸ਼ ਨੂੰ ਜਲਾਉਣ ਦੀ ਗੱਲ ਕਰਦੇ ਨੇ, ਅਸੀਂ ਕਹਾਂਗੇ ਸਭ ਤੋਂ ਪਹਿਲਾਂ ਤੁਸੀਂ ਉੱਠੋ, ਤੁਸੀਂ ਇਹਨਾਂ ਦੇ ਖਿਲਾਫ਼ ਕਾਰਵਾਈ ਕਰਵਾਓ, ਤੁਸੀਂ ਇਹਨਾਂ ਨੂੰ ਕਹੋ ਕਿ UAP ਇਹਨਾਂ 'ਤੇ ਲਗਾ ਕੇ ਇਹਨਾਂ ਨੂੰ ਹਮੇਸ਼ਾ ਵਾਸਤੇ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ, ਔਰ ਅਮੈਂਡਮੈਂਟ ਕੀਤੀ ਜਾਵੇ ਜੋ ADC ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹਦੇ ਰਾਹੀਂ ਅਸੀਂ ਇਹੀ ਮੰਗ ਕੀਤੀ ਹੈ ਕਿ ਤੁਸੀਂ ਲਾਅ ਦੇ ਵਿੱਚ ਅਮੈਂਡਮੈਂਟ ਕਰਕੇ ਚਾਹੇ ਨਵਾਂ ਕਾਨੂੰਨ ਲੈ ਕੇ ਆਓ, ਚਾਹੇ ਉਹਦੇ ਵਿੱਚ ਹੀ ਸੋਧ ਕਰੋ, ਔਰ ਇਹਦੇ ਵਿੱਚ ਘੱਟੋ ਘੱਟ ਸਜ਼ਾਏ ਮੌਤ ਦੀ ਪ੍ਰੋਵੀਜ਼ਨ ਕੀਤੀ ਜਾਵੇ, ਔਰ ਸ਼ਰੇਆਮ ਖੜਾ ਕੇ ਇਹਨਾਂ ਨੂੰ ਫਾਂਸੀ ਦੇ ਉੱਪਰ ਟੰਗਿਆ ਜਾਵੇ ਤਾਂ ਰੁਕਣਗੀਆਂ। ਕਾਨੂੰਨ ਜਿਹੜੇ ਬਣਾਏ ਜਾਂਦੇ ਨੇ ਉਹ ਤਾਂ ਹੀ ਕਿ ਦੂਸਰੇ ਬੰਦੇ ਇਬਰਤ ਹਾਸਲ ਕਰਨ, ਮਗਰ ਜਦੋਂ ਇਬਰਤ ਹਾਸਲ ਕਰਨ ਦੀ ਬਜਾਏ ਜਦੋਂ ਉਹੀ ਉਹਨਾਂ ਨੂੰ ਤੁਸੀਂ ਰਿਲੈਕਸੇਸ਼ਨ ਦੇ ਦਿੰਦੇ ਹੋ, ਉਹੀ ਬੰਦੇ ਫਿਰ ਥੋੜ੍ਹੇ ਦਿਨਾਂ ਬਾਅਦ ਜ਼ਮਾਨਤ ਕਰਾ ਕੇ ਘੁੰਮਦੇ ਫਿਰਦੇ ਨੇ, ਫਿਰ ਬਕਵਾਸ ਕਰਦੇ ਫਿਰਦੇ ਨੇ, ਔਰ ਉੱਪਰੋਂ ਉਹਨਾਂ ਨੂੰ ਅਹੁਦਿਆਂ ਨਾਲ ਨਿਵਾਜ਼ ਦਿੰਦੇ ਹੋ, ਤਾਂ ਫਿਰ ਉਹ ਕਾਨੂੰਨ ਦਾ ਕੀ, ਉਹ ਮਜ਼ਾਕ ਹੈ ਕਿ ਉਹ ਕਾਨੂੰਨ ਨਹੀਂ ਹੈ? ਫਿਰ ADC ਸਾਹਿਬ ਨੇ ਕੀ ਕਿਹਾ? ADC ਸਾਹਿਬ ਕਹਿੰਦੇ ਕਿ ਅਸੀਂ ਇਹਦੇ 'ਤੇ ਨੋਟ ਕਰਕੇ, ਨੋਟਿੰਗ ਦੇ ਕੇ ਆਪਣੀ ਅੱਗੇ ਭੇਜ ਦਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਚਲੋ ਪ੍ਰਸ਼ਾਸਨ ਇੰਨਾ ਕੁ ਆਪਣਾ ਫਰਜ਼ ਪੂਰਾ ਕਰੇ ਕਿ ਰਾਸ਼ਟਰਪਤੀ ਜੀ ਤੱਕ ਭੇਜੇ, ਔਰ ਉਹ ਤੋਂ ਬਾਅਦ ਦੇਖਦੇ ਹਾਂ ਕਿ ਅਗਰ ਨਹੀਂ, ਅਗਰ ਦੁਬਾਰਾ ਇਹ ਐਕਟੀਵਿਟੀ ਕੋਈ ਐਸੀ ਹੋਈ ਇਹਨਾਂ ਵੱਲੋਂ, ਤਾਂ ਇਨਸ਼ਾ ਅੱਲਾਹ ਤਾਲਾ ਅਗਲੀ ਵਾਰੀ ਸਾਰੇ ਪੰਜਾਬ ਦੇ ਮੁਸਲਮਾਨਾਂ ਨੂੰ ਇੱਥੇ ਕਾਲ ਦਿੱਤੀ ਜਾਊਗੀ ਔਰ ਸਾਰਾ ਸ਼ਹਿਰ ਇਨਸ਼ਾ ਅੱਲਾਹ ਅਸੀਂ ਜਾਮ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ। ਸੋ ਇਹ ਸਨ ਮੁਸਲਿਮ ਫੈਡਰੇਸ਼ਨ ਦੇ ਪ੍ਰਧਾਨ ਮੁਬੀਨ ਫਾਰੂਕੀ ਸਾਹਿਬ, ਔਰ ਪੂਰੇ ਮਾਮਲੇ ਦੇ ਉੱਤੇ ADC ਸਾਹਿਬ ਨੇ ਕੀ ਕਿਹਾ ਉਹ ਜ਼ਰਾ ਇਹ ਵੀ ਸੁਣ ਲੈਂਦੇ ਹਾਂ। ਜੋ ਮੈਮੋਰੈਂਡਮ ਹੈ ਜੋ ਅੱਜ ਦਿੱਤਾ ਗਿਆ ਮੈਨੂੰ, ਆਨਰੇਬਲ ਪ੍ਰੈਜੀਡੈਂਟ ਆਫ ਇੰਡੀਆ ਨੂੰ ਐਡਰੈਸ ਹੈ,
ਤੇ ਇਹਦੇ 'ਚ ਰਿਕੁਐਸਟ ਇਹੀ ਕੀਤੀ ਗਈ ਹੈ ਕਿ ਇੱਕ ਤਾਂ ਜਿਹੜੀ ਹੇਟ ਸਪੀਚ ਹੈ ਉਹਦੇ ਅਗੇਂਸਟ ਜਿਹੜੇ ਹੈਗੇ ਨੇ ਸਖ਼ਤ ਕਾਨੂੰਨ ਬਣਨਾ ਚਾਹੀਦੇ ਨੇ। ਸਖ਼ਤ ਕਾਨੂੰਨ ਬਣਨੇ ਚਾਹੀਦੇ, ਅਮੈਂਡਮੈਂਟ ਹੋਣੀ ਚਾਹੀਦੀ ਲਾਅ 'ਚ, ਅਤੇ ਜਿਹੜਾ ਡੈਰੋਗੇਟਰੀ ਸਪੀਚ ਜਿਹੜੀ ਰਿਮਾਰਕਸ ਕੀਤੇ ਨੇ ਰਾਮਗਿਰੀ ਮਹਾਰਾਜ ਅਤੇ ਨਰਸਿਮਾ ਨੰਦ ਨੇ, ਵੀ ਉਹਦੇ ਅਗੇਂਸਟ ਵੀ ਉਹਨਾਂ ਦੇ ਅਗੇਂਸਟ ਐਕਸ਼ਨ ਹੋਣਾ ਚਾਹੀਦਾ, ਕਿਉਂਕਿ ਜਿਹੜੇ ਦੋਨੇ ਮੈਟਰ ਨੇ ਸੈਂਟਰ ਗੌਰਮੈਂਟ ਨਾਲ ਸੰਬੰਧਿਤ ਨੇ, ਅਤੇ ਪੰਜਾਬ ਗੌਰਮੈਂਟ ਵੱਲੋਂ ਆਪਣੇ ਵੱਲੋਂ ਡੀ ਸੀ ਆਫਿਸ ਵੱਲੋਂ ਇਹ ਪੰਜਾਬ ਗੌਰਮੈਂਟ ਨੂੰ ਭੇਜਿਆ ਜਾਏਗਾ ਮੈਮੋਰੈਂਡਮ ਨਾਲ ਦੀ ਨਾਲ, ਅਤੇ ਅੱਗੇ ਇਹ ਉਹਨਾਂ ਵੱਲੋਂ ਅੱਗੇ ਓਨਰੇਬਲ ਪ੍ਰੈਜੀਡੈਂਟ ਆਫ ਇੰਡੀਆ ਨੂੰ ਭੇਜ ਦਿੱਤਾ ਜਾਏਗਾ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਅੱਜ ਮੁਸਲਮਾਨ ਭਾਈਚਾਰੇ ਵੱਲੋਂ ਜਿਹੜਾ ਰੋਸ ਮੁਜ਼ਾਹਰਾ ਹੈ ਉਹ ਸਰੰਦੀ ਗੇਟ ਚੌਂਕ ਤੋਂ ਲੈ ਕੇ ਡੀ ਸੀ ਦਫ਼ਤਰ ਦੇ ਬਾਹਰ ਤੱਕ ਕੀਤਾ ਗਿਆ, ਅਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਗੁਸਤਾਖੇ ਰਸੂਲ ਜੋ ਦੋ ਸ਼ਖਸ ਹੈਗੇ ਨੇ ਰਾਮਾਗਿਰੀ ਅਤੇ ਨਰਸਿਮਾ ਨੰਦ ਦੇ ਖਿਲਾਫ਼ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਹੈਗੀ ਆ ਉਹ ਕੀਤੀ ਗਈ ਹੈ। ਕਾਸਿਫ ਫਾਰੂਕੀ, ਹਕੀਕਤ ਟੀ ਵੀ ਪੰਜਾਬੀ, ਮਲੇਰਕੋਟਲਾ।